ਖਾਲਸ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਮਾਮਲਾ ਉਲਝਦਾ ਜਾ ਰਿਹਾ ਹੈ। ਕਰਤਾਰਪੁਰ ਲਾਂਘੇ ਲਈ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਉਲਝਾ ਹੋਇਆ ਹੈ। ਦਰਅਸਲ ਕੁਲਬੀਰ ਜ਼ੀਰਾ, ਕਾਂਗਰਸੀ ਵਿਧਾਇਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਲਾਹ ਦਿੱਤੀ ਹੈ ਕਿ ਕਿਸਾਨਾਂ ਤੋਂ ਜ਼ਮੀਨ ਦਾ ਤਬਾਦਲਾ ਕੀਤਾ ਜਾਵੇ। ਕਰਤਾਰਪੁਰ ਸਾਹਿਬ ਲਾਂਘੇ ਲਈ ਜੋ ਜ਼ਮੀਨ ਕਿਸਾਨਾਂ ਤੋਂ ਲਈ ਜਾਣੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਅਦਲਾ ਬਦਲੀ ਕਰਕੇ ਦਿੱਤੀ ਜਾਵੇ। ਜੇ ਸ਼੍ਰੋਮਣੀ ਕਮੇਟੀ ਚਾਹੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਜਲਦੀ ਖੁੱਲ ਸਕਦਾ, ਕਿਉਂਕਿ ਕਿਲ੍ਹਾ ਨੱਥੂ ਸਿੰਘ ਵਾਲਾ ਦੇ ਵਿੱਚ 600 ਏਕੜ ਜ਼ਮੀਨ ਸਵਰਗਵਾਸੀ ਸਰਦਾਰ ਨੱਥਾ ਸਿੰਘ ਜੀ, ਉਹਨਾਂ ਨੇ ਜਿਹੜੀ ਜ਼ਮੀਨ ਆ ਉਹ ਡੇਰਾ ਬਾਬਾ ਨਾਨਕ ਸ਼੍ਰੋਮਣੀ ਕਮੇਟੀ ਦੇ ਨਾਂ ਹੈ 600 ਏਕੜ ਜ਼ਮੀਨ। ਔਰ ਜੇ ਚਾਹੇ ਸ਼੍ਰੋਮਣੀ ਕਮੇਟੀ, ਕਿਉਂਕਿ ਬਹੁਤ ਵੱਡਾ ਅਦਾਰਾ ਹੈ, ਧਾਰਮਿਕ ਅਦਾਰਾ ਹੈ, ਸ਼੍ਰੋਮਣੀ ਕਮੇਟੀ ਚਾਹੇ ਤਾਂ ਜ਼ਮੀਨ ਅਕਵਾਇਰ ਕਰ ਸਕਦੀ ਹੈ, ਸ਼੍ਰੋਮਣੀ ਕਮੇਟੀ ਚਾਹੇ ਤਾਂ ਉਹ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਨਾਲ ਤਬਾਦਲਾ ਕਰ ਸਕਦੀ ਹੈ। ਔਰ ਇਸ ਕਰਕੇ ਅੱਜ ਅਪੀਲ ਕਰਨ ਲਈ ਮੈਂ ਅੱਜ ਜਾ ਰਿਹਾ, ਕਿਉਂਕਿ ਅੱਜ ਐਗਜੈਕਟਿਵ ਕਮੇਟੀ ਦੀ ਉਹਨਾਂ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਆ, ਔਰ ਮੈਂ ਪ੍ਰਧਾਨ ਜੀ ਨੂੰ ਇਹ ਅਪੀਲ ਕਰਨ ਜਾ ਰਿਹਾ ਕਿ ਇਹ ਨਾਨਕ ਨਾਮਲੇਵਾ ਸਿੱਖਾਂ ਦੀ ਮੰਗ ਆ ਕਿ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਨਾਨਕ ਨਾਮਲੇਵੇ ਸਿੱਖਾਂ ਨੂੰ ਤੁਸੀਂ ਇਹ ਅਪੀਲ ਕਰੋ ਕਿ ਉਹ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਆਪਦਾ ਯੋਗਦਾਨ ਪਾ ਕੇ ਜ਼ਮੀਨ ਨੂੰ ਅਕਵਾਇਰ ਕੀ। ਕੁਲਬੀਰ ਜੀ ਦੀ ਸਲਾਹ ਤੋਂ ਬਾਅਦ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ SGPC ਭੜਕ ਉੱਠੇ। ਉਹਨਾਂ ਨੇ ਕਿਹਾ ਕਿ ਐਂਡ ਦਾ ਜਣਾ ਖਾਣਾ ਹੀ ਜ਼ਮੀਨ ਮੰਗਣ ਲੱਗ ਪਊਗਾ, ਇਹ ਕੰਮ ਸਰਕਾਰ ਦਾ, ਅਸੀਂ ਕਿਸੇ ਨੂੰ ਜ਼ਮੀਨ ਨਹੀਂ ਦਿਆਂਗੇ। ਅਸੀਂ ਕਿਉਂ ਦੇਈਏ, ਇਹ ਸਰਕਾਰ ਦਾ ਕੰਮ ਹੈ, ਅਸੀਂ ਕਿਹਦੇ ਕੋਈ ਦੇਵਾਂਗੇ? ਸਾਨੂੰ ਇੱਥੇ ਮੰਗਦੇ ਨੇ, ਪਰਸਨ ਕੋਈ ਹੋਰ ਮੰਗ ਲਓ, ਸਾਡੇ ਜਾਇਦਾਦ ਥੋੜ੍ਹੀ ਅਸੀਂ ਦੇ ਦਈਏ ਆਪਣੀ ਸ਼੍ਰੋਮਣੀ ਕਮੇਟੀ ਦੀ ਕਿਸੇ ਨੂੰ? ਇਹ ਸਰਕਾਰਾਂ ਦੇ ਕੰਮ ਨੇ, ਸਰਕਾਰਾਂ ਨੂੰ ਅਕਵਾਇਰ ਕਰਨੀ ਹੈ ਜ਼ਮੀਨ, ਉਹਨਾਂ ਦਾ ਇਹ ਸਾਰਾ ਪ੍ਰੋਸੈਸ ਚੱਲ ਰਿਹਾ, ਸੈਂਟਰ ਸਰਕਾਰ ਵੀ ਕਰ ਰਹੀ ਹੈ ਉਹਨੇ, ਤੇ ਬਾਕੀ ਪੰਜਾਬ ਸਰਕਾਰ ਵੀ ਆਪਣੇ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਕਿ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਮੰਗ ਸੀ, ਪਰ ਉਸ ਤੋਂ ਬਾਅਦ ਹੁਣ ਜ਼ਮੀਨੀ ਵਿਵਾਦ ਨੂੰ ਲੈ ਕੇ ਲਟਕਦਾ ਜਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ 1000 ਏਕੜ ਜ਼ਮੀਨ ਹੈ। ਕੁਲਬੀਰ ਜੀ ਦਾ ਕਹਿਣਾ ਕਿ 600 ਏਕੜ ਜ਼ਮੀਨ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸਾਨਾਂ ਦੇ ਨਾਲ ਤਬਾਦਲਾ ਕਰ ਲੈਂਦੀ ਹੈ, ਮੁਸ਼ਕਲ ਨਹੀਂ ਆਏਗੀ, ਤਾਂ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਇਹ ਜ਼ਮੀਨ ਐਕਵਾਇਰ ਕਰਕੇ ਕੰਮ ਸ਼ੁਰੂ ਹੋ ਸਕੇ। ਦਖਲ ਖਾਲਸ ਟੀਵੀ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਸੱਚੀ ਖਬਰ ਤੁਹਾਨੂੰ ਦਿਖਾਉਣ ਲਈ ਵਚਨਬੱਧ ਹੈ।